ਤਰਨ ਤਾਰਨ ਚ ਪੈਂਦੇ ਪਿੰਡ ਘਸੀਟਪੁਰ ਆਏ ਹੋਏ ਆ। ਉਧਰਲੇ ਬੰਨੇ ਪਿੰਡ ਹੈ ਘਸੀਟਪੁਰ ਔਰ ਜਿੱਥੇ ਆਪਾਂ ਖੜੇ ਹੈਗੇ ਆ ਇਹ ਹੈਗਾ ਘਰ ਪਿੰਡ ਦੇ ਬਿਲਕੁਲ ਬਾਹਰ ਬਾਹਰ ਖੇਤਾਂ ਦੇ ਵਿਚਕਾਰ। ਤੁਸੀਂ ਸੁਣਿਆ ਹੋਣਾ ਤੇ ਪੜਿਆ ਵੀ ਹੋਣਾ ਕਿ ਜੂਨ 1984 'ਚ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ 'ਤੇ ਜਦੋਂ ਟੈਂਕਾਂ ਅਤੇ ਤੋਪਾਂ ਦੇ ਨਾਲ ਹਿੰਦ ਹਕੂਮਤ ਨੇ ਹਮਲਾ ਕੀਤਾ ਸੀਗਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀਗਾ ਤਾਂ ਉਸ ਵੇਲੇ ਇੱਕ ਇੱਦਾਂ ਦੇ ਪਤੀ ਪਤਨੀ ਗੁਰੂ ਪਿਆਰੇ ਸਿੰਘ ਜਿਨ੍ਹਾਂ ਨੇ ਆਪਣੇ ਦੋ ਬੱਚਿਆਂ ਨੂੰ ਟੈਂਕਾਂ ਦੇ ਉੱਪਰ ਸੁੱਟਿਆ ਸੀਗਾ ਜਿਹੜੇ ਟੈਂਕ ਫੌਜ ਦੇ ਪਰਕਰਮਾਂ ਦੇ ਅੰਦਰ ਦਾਖਲ ਹੋ ਗਏ ਸੀਗੇ। ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਬੱਚੇ ਵੀ ਕੌਮ ਦੇ ਲਿਖੇ ਲਾ ਤੇ ਅਤੇ ਉਹਨਾਂ ਬੱਚਿਆਂ ਦੀ ਬਦੌਲਤ ਫੌਜ ਦੇ ਉਹ ਟੈਂਕ ਵੀ ਉੱਡ ਗਏ ਸਨ ਅਤੇ ਬਾਅਦ ਵਿੱਚ ਉਹ ਸਿੰਘ ਅਤੇ ਸਿੰਘਣੀ ਆਪ ਵੀ ਜਾਮੇ ਸ਼ਹਾਦਤ ਪੀ ਗਏ ਸਨ। ਜਿਸ ਘਰ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਇਸ ਘਰ ਦੇ ਨਾਲ ਹੀ ਸੰਬੰਧਿਤ ਸਨ ਉਹ ਸਿੰਘ ਅਤੇ ਸਿੰਘਣੀ ਅਤੇ ਉਹ ਬੱਚੇ। ਆਓ ਤੁਹਾਨੂੰ ਮਿਲਾਉਂਦੇ ਹਾਂ ਇਸ ਘਰ ਦੀ ਚਾਰ ਦੀਵਾਰੀ ਦੇ ਅੰਦਰ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦੇ ਨਾਲ। ਅੱਜ ਤਾਂ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਅੰਦਰ ਰੌਣਕਾਂ ਲੱਗੀਆਂ ਹੋਈਆਂ ਨੇ, ਪਰਿਵਾਰ ਦੇ ਜੀ ਹੈਗੇ ਨੇ, ਅਸੀਂ ਵੀ ਇੱਥੇ ਆਏ ਹੋਏ ਹਾਂ, ਪੂਰੀ ਰੌਣਕ ਹੈ। ਪਰ ਕੋਈ ਸਮਾਂ ਸੀ ਜਦੋਂ ਕਈ ਵਰੇ ਇਸ ਘਰ ਦੇ ਵਿਹੜੇ ਦੇ ਵਿੱਚ ਲੰਬਾ ਲੰਬਾ ਘਾਹ ਉੱਗਿਆ ਰਿਹਾ। ਇਸ ਘਰ ਦੇ ਚੁੱਲ੍ਹਿਆਂ 'ਤੇ ਵੀ ਕਈ ਵਰੇ ਘਾਹ ਹੀ ਉੱਗਿਆ ਰਿਹਾ। ਸੋ ਕਈ ਲੋਕ ਸਮਝਦੇ ਨੇ ਕਿ ਉਹ ਦੌਰ ਕਾਲਾ ਸੀ, ਪਰ ਸਿੱਖ ਅਤੇ ਸਿੱਖ ਪਰਿਵਾਰ ਸਮਝਦੇ ਨੇ ਕਿ ਉਹ ਦੌਰ ਕਾਲਾ ਨਹੀਂ ਸੀ, ਉਹ ਇੱਕ ਵਧੀਆ ਦੌਰ ਸੀ ਜਦੋਂ ਪੰਜਾਬ ਦੀਆਂ ਹੱਕੀ ਮੰਗਾਂ ਦੇ ਵਾਸਤੇ ਪੰਜਾਬ ਦੇ ਸੂਰਬੀਰ ਬਹਾਦਰ ਯੋਧੇ ਆਪਣੇ ਘਰ ਘਾਟ ਛੱਡ ਕੇ ਜੰਗੇ ਮੈਦਾਨ ਦੇ ਵਿੱਚ ਜੂਝ ਰਹੇ ਸਨ ਅਤੇ ਸ਼ਹਾਦਤਾਂ ਦੇ ਜਾਮ ਪੀ ਰਹੇ ਸਨ। ਉਹਨਾਂ ਹੀ ਪਰਿਵਾਰਾਂ ਦੇ ਵਿੱਚੋਂ ਇੱਕ ਆਹ ਪਰਿਵਾਰ ਹੈ, ਇੱਕ ਆਹ ਘਰ ਹੈ। ਇੱਧਰ ਪਿਛਲੇ ਪਾਸੇ ਆ ਤੁਸੀਂ ਦੇਖ ਸਕਦੇ ਹੋ ਖਾਲਸਾ ਏਡ ਜਥੇਬੰਦੀ ਹੈ। ਖਾਲਸਾ ਏਡ ਵਾਲਿਆਂ ਨੇ ਆਹ ਦੋ ਕਮਰੇ ਅਤੇ ਰਸੋਈ ਇਹ ਉਹਨਾਂ ਨੇ ਬਣਾ ਕੇ ਦਿੱਤਾ, ਵਰਨਾ ਘਰ ਦੇ ਹਾਲਾਤ ਇੱਦਾਂ ਦੇ ਹੀ ਸੀਗੇ। ਘਰ ਦਾ ਜਿਹੜਾ ਥੱਲੇ ਬਾਹਰ ਵਿਹੜਾ ਹੈਗਾ ਇਹ ਹਾਲੇ ਵੀ ਕੱਚਾ ਹੀ ਹੈਗਾ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਸ ਵਿਹੜੇ ਦੇ ਵਿੱਚ ਕਈ ਵਰੇ ਘਾਹ ਹੀ ਉੱਗਿਆ ਰਿਹਾ ਕਿਉਂਕਿ ਪਰਿਵਾਰ ਦੇ ਜੀ ਉਹਨਾਂ ਸਮਿਆਂ ਦੇ ਵਿੱਚ ਘਰੋਂ ਭਗੌੜੇ ਹੋ ਗਏ ਸਨ ਕਿਉਂਕਿ ਪੁਲਿਸ ਬਹੁਤ ਹੀ ਜ਼ਿਆਦਾ ਤੰਗ ਅਤੇ ਪਰੇਸ਼ਾਨ ਕਰਦੀ ਸੀ। ਜਿਨ੍ਹਾਂ ਬਾਰੇ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਜਿਨ੍ਹਾਂ ਨੇ ਆਪਣੇ ਬੱਚੇ ਕੌਮ ਦੇ ਲੇਖੇ ਲਾ ਦਿੱਤੇ ਸੀਗੇ ਜੂਨ 1984 'ਚ ਜਦੋਂ ਦਰਬਾਰ ਸਾਹਿਬ ਦੇ ਉੱਪਰ ਫੌਜ ਨੇ ਟੈਂਕਾਂ ਅਤੇ ਤੋਪਾਂ ਦੇ ਨਾਲ ਹਮਲਾ ਕੀਤਾ ਸੀਗਾ। ਆਹ ਹੈ ਉਹ ਸਿੰਘ ਅਤੇ ਸਿੰਘਣੀ ਅਤੇ ਆਹ ਨੇ ਇਹਨਾਂ ਦੇ ਉਹ ਛੋਟੇ ਛੋਟੇ ਮਾਸੂਮ ਬੱਚੇ। ਸਰਦਾਰ ਮੋਹਨ ਸਿੰਘ ਅਤੇ ਉਹਨਾਂ ਦੀ ਸਿੰਘਣੀ ਸਰਦਾਰ ਮੋਹਨ ਸਿੰਘ ਜੀ ਦੇ ਭਾਣਜੀ ਸਾਹਮਣੇ ਬੈਠੇ ਨੇ ਮਾਤਾ ਜੀ, ਇਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ। ਸੋ ਆਓ ਮੈਂ ਤੁਹਾਨੂੰ ਕੁਝ ਫੋਟੋਜ਼ ਹੈਗੀਆਂ ਨੇ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਦੀਆਂ ਉਹ ਵੀ ਮੈਂ ਤੁਹਾਨੂੰ ਦਿਖਾਉਣਾ, ਕੁਝ ਅਖਬਾਰ ਦੀਆਂ ਕਟਿੰਗਾਂ ਹੈਗੀਆਂ ਨੇ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ। ਆਹ ਨੇ ਜੀ ਸ਼ਹੀਦ ਭਾਈ ਮਨਜੀਤ ਸਿੰਘ ਪਿੰਡ ਘਸੀਟਪੁਰ, ਆਹ ਨੇ ਸ਼ਹੀਦ ਭਾਈ ਬਾਬਾ ਸਿੰਘ ਪਿੰਡ ਘਸੀਟਪੁਰ 11/12/1992 ਦੇ ਵਿੱਚ ਸ਼ਹੀਦ ਹੋ ਗਏ ਸੀਗੇ। ਇੱਦਾਂ ਹੀ ਆਹ ਤੁਸੀਂ ਦੇਖ ਸਕਦੇ ਹੋ ਸ਼ਹੀਦ ਭਾਈ ਪ੍ਰੇਮ ਸਿੰਘ ਪਿੰਡ ਜਮਾਲਪੁਰ, ਆਹ ਤਸਵੀਰਾਂ ਨੇ। ਆਹ ਪੁਰਾਣੀਆਂ ਅਖਬਾਰਾਂ ਹਾਲੇ ਤੱਕ ਵੀ ਮਾਤਾ ਜੀ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ। ਆਹ ਅਖਬਾਰ ਆ ਜੀ ਮੈਂ ਤੁਹਾਨੂੰ ਇੱਕ ਵਾਰੀ ਵਿਖਾ ਦਿੰਦਾ, ਸੰਨ 1992 ਦੀ ਅਖਬਾਰ ਹੈ ਜੀ, ਮੈਂ ਤੁਹਾਨੂੰ ਲਾਗੇ ਕਰਕੇ ਵਿਖਾ ਦਿੰਦਾ। ਇਹਨਾਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਸੀਗੀਆਂ ਉਹਨਾਂ ਸਮਿਆਂ ਦੇ ਵਿੱਚ। ਬੱਬਰ ਖਾਲਸਾ ਦੇ 2 ਲੈਫਟੀਨੈਂਟ ਜਨਰਲਾਂ ਅਤੇ 13 ਹੋਰ ਖਾੜਕੂਆਂ ਸਣੇ 17 ਹਲਾਕ, ਅਜੀਤ ਅਖਬਾਰ ਹੈ ਜੀ, 25 ਸਤੰਬਰ 1992 ਦੀ ਅਖਬਾਰ ਹੈ ਜੀ। ਇਸ ਅਖਬਾਰ ਦੇ ਵਿੱਚ ਸਾਰਾ ਵੇਰਵਾ ਦਿੱਤਾ ਹੋਇਆ ਕਿੱਦਾਂ ਸੂਰਬੀਰ ਬਹਾਦਰ ਯੋਧੇ ਖਾੜਕੂ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਆਹ ਸਾਰੀ ਖਬਰ ਹੈਗੀ ਆ ਜੀ ਪਹਿਲੇ ਪੰਨੇ ਤੋਂ ਸ਼ੁਰੂ ਹੋ ਕੇ ਅਤੇ ਆਹ 9ਵੇਂ ਪੰਨੇ ਤੱਕ ਜਿਹੜਾ ਖਬਰ ਦਾ ਬਾਕੀ ਭਾਗ ਹੈਗਾ ਉਹ ਇੱਥੇ ਆ ਕੇ ਸਮਾਪਤ ਹੁੰਦਾ ਹੈਗਾ। ਆ ਜਦੋਂ ਬਰਸੀ ਮਨਾਈ ਜਾਂਦੀ ਹੈ ਉਹਨਾਂ ਸੂਰਬੀਰਾਂ ਦੀ, ਉਹਨਾਂ ਖਾੜਕੂ ਸਿੰਘਾਂ ਦੀ, ਪਾਠ ਦਾ ਭੋਗ ਪੈਂਦਾ ਹੈਗਾ ਜਦੋਂ, ਤਾਂ ਉਹ ਵੀ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਨੇ
अपने को सामभ के रख्या हो। सो इदा ही पंजाब दियाँ ते खालसा पंथ दियाँ हकी मंगा दे वास्ते संघर्ष करने लई जिहड़े घरों निकले, पर उन्हां विचों बहुत सारे इदां दे नौजवान जिहड़े मुड़ के अपने घर वापस जिउंदे नहीं परते। बहुत सारे परिवार इदां दे हैगे ने जिन्हां नूं उन्हां दे पुत्रां दियाँ किसी भैन नूं अपने पति की लाश मिल गई वेखण नूं, उन्हां ने अपने हत्थी संस्कार भी कर लए। पर कुछ नौजवान इदां दे सीगे खाड़कू सिंह जिन्हां दियां लाशां तक भी परिवार के मैंबरां नूं नहीं दित्तियां गईयां। कई परिवार तो अज भी इदां दे हैगे ने जिहड़े सरकार दे कोलों सर्टिफिकेट मंगदे आ कि सानूं होर नहीं कुछ तो डैथ सर्टिफिकेट ही दे दिओ, घट्टो घट सानूं इह तां पता लग जाए कि साडा पुत साडा भरा जां साडा कोई होर जिहड़ा रिश्तेदार है, सानूं पता तो लग जाए कि वह जिउंदा भी हैगा जां नहीं। भाई अनार सिंह पाड़ा तुहाडे की लगदे सी? मेरे जवाई, मेरा जवाई भाई अनार सिंह पाड़ा बहुत ही मशहूर नाम हैगा, तुहाडे विचों कईआं ने जरूर सुनिया होगा और जिन्हां ने नहीं सुनिया हैगा उन्हां नूं भी मैं दस दिंदा कि शहीद भाई अनार सिंह पाड़ा वो माता जी दे जवाई और उन्हां दे सिंघणी दे भी तुहानूं दर्शन करा दिंदा। भाई अनार सिंह पाड़ा जी दे सिंघणी मैं उन्हां दी सिंघणी दे नाल भी तुहानूं फतेह दी सांझ पा लणगे। सिर्फ भाई अनार सिंह पाड़ा जी दे सिंघणी दर्शन कर लो जी। हाँ जी, वाहेगुरू जी का खालसा वाहेगुरू जी की फतेह जी। सो दोस्तों मैं तुहानूं मिलाउणा माता जी दे नाल। मेरे नाल माता जी बैठे ने पिंड घसीटपुर आए हुए हैं, माता जी दे मामा जी ने सरदार मोहर सिंह जिन्हां बारे मैं तुहानूं पहलां दस के हटियां। आपां माता जी दे कोलों लैणे आ थोड़ी थोड़ी जानकारी। माता जी वाहिगुरू जी खालसा वाहिगुरू जी की फतेह। की नाम तुहाडा, नाम की है? मेरा नाम कमलेश कौर जी। हाँ जी, अपने परिवार बारे दस्यो। हाँ जी, साढ़े परिवार बारे आ कहानी भी, मेरा परिवार, मेरा बेटा सरदार मनजीत सिंह सन 92 दे विच शहीद होया, मेरे पति सरदार बाबा सिंह जी वो भी सन 92 दे विच, ये दोवें प्यो पुत सन 92 दे विच शहीद होए। हाँ जी, ते मगर बेटा मेरा छोटा रह गया सी 10 साल दा, उन्हूं मैं बड़े वक्त दे नाल पालिया पढ़ाया सारे काम किते, उहदा विआह किता ते वो भी 4-5 साल हो गया उन्हूं, वो भी उन्हूं भी अटैक हो गया, वो भी पूरा हो गया। फिर दो मेरे पोतरे आ, एक मेरी पोतरी आ, नूंह आ मेरी, असी चारे परिवार दे मैंबर बार पैलियां दे विच बैग ते बैठे हैं। माता जी घर दा गुजारा चलदा ठीक ठाक? घर दा गुजारा कोई ठीक ठाक नहीं चलदा, बड़ी मुश्किल नाल, दो गाइयां रखियां मैं ते असी एक गां दा दुध पा दिंदे आ, एक दा असी घरे वरतदे आ, ते माड़ी मोटी चलो जो भी साढ़े कोल हुंदा वा असी अपना घर दा गुजारा माड़ा मोटा करदे हाँ। बाकी ये आ भी मेरी बलविंदर सो ने बड़ी हेल्प की है, पखोकियां वाले ने, उन्हें साड़ी पैड़ी गहने पई ही वो भी छिड़ाई, उन्हें सानू बोर करा के दिता बंबी का, बहुत ज़्यादा उन्हें हेल्प की है। मैं अखा बच्चों फीसा भी उन्हें विचों 2-3 बार दिखा वा, फिर उस तरह भी जदों भी कोई वह हों समागम कभी 10,000 कभी 5,000 कभी 15,000 देता रहा, बड़ी उन्हें साड़ी हेल्प की है। तो हूँ आन के थोड़ी जी मुश्किल आ गई ही भी बहुत ज़्यादा, तो वह ता भी उन्हें फिर कहा ही भी कोई ना माता जी थोड़ा थोड़ा भी जो साढ़े को होगा अं करा। फिर मुड़ के ये बारहों मुखदेव सिंह ने इन्हें फोन किया, आते भी माता जी इस तरह तुम उत्थे पहुँचो, अं फिर पहुँचे, इन्होंने फिर उत्थे मैनू 10,000 रुपया दे के सन्मानित किया। इन्हों का बहुत बहुत धन्यवाद महाराज चढ़दी कला करे रणजीत सिंह जी, इन्होंने बड़ी मेरी इन्होंने बहुत हेल्प की है। हूँ मेरे को घर आए आ, हूँ इन्होंने मशीन भी जिनी भी मैं दस नहीं सकती भी मेरी इन्हें किन्नी हेल्प की आ, चलो महाराज सच्चे पातशाह इन्हों चढ़दी कला च रखे। बाकी होर आया एड खालसा वाले ने सानू घर बना के दिता है। हाँ जी, कुछ थोड़ी जी तैयारी होने वाली आ, कुछ हो ही आ, बाकी पौड़ियाँ आ चढ़न वाली, बाथरूम लैटरीन ये चीज़ा बनन वाली, चलो महाराज सच्चे पातशाह आपे वो भी हो जूगा।
ਜਦੋਂ 1992 'ਚ ਜਦੋਂ ਤੁਸੀਂ ਉਹ ਦੌਰ ਸੀਗਾ ਜਦੋਂ ਹੈ ਨਾ ਜੀ ਪਰਿਵਾਰ ਦੇ ਹਾਲਾਤ ਤੁਹਾਡੇ ਸਾਰੇ ਕਿੱਦਾਂ ਸ਼ਹੀਦ ਹੋ ਗਏ ਹੈਗੇ ਆ ਤੁਹਾਡੇ ਆਪ ਵੀ ਤੁਸੀਂ ਦੱਸ ਰਹੇ ਹੋ ਤੁਹਾਡੇ ਮਾਮਾ ਜੀ ਉਹਨਾਂ ਸਮੇਂ 'ਚ ਤਾਂ ਪੁਲਿਸ ਬਹੁਤ ਤੰਗ ਕਰਦੀ ਹੋਣੀ ਤੁਹਾਨੂੰ ਤੰਗ ਕੀਤਾ ਪੁਲਿਸ ਨੇ ਬਹੁਤ ਜ਼ਿਆਦਾ ਤੰਗ ਕੀਤਾ ਇਹ ਮੇਰਾ ਬੇਟਾ ਜਿਹੜਾ ਵੱਡਾ ਵਾ ਇਹ ਪੁਲਿਸ ਦਾ ਤੰਗ ਕੀਤਾ ਸੀ ਇਹ ਘਰੋਂ ਲੈ ਕੇ ਚੁੱਕ ਕੇ ਇੱਕ ਹਫ਼ਤਾ ਰਹਿੰਦਾ ਸੀ ਇਹਦੇ ਵਿਆਹ 'ਚ ਅਤੇ ਇਹਨੂੰ 10 ਦਿਨ ਬਾਅਦ ਸ਼ਹੀਦ ਕਰਤਾ ਅਤੇ ਬਹੁਤ ਜ਼ਿਆਦਾ ਜੇ ਮੇਰੇ ਸਰਦਾਰ ਜੀ ਸੀ ਉਹਨਾਂ ਨੂੰ ਵੀ ਬੜਾ ਤੰਗ ਕੀਤਾ ਕਿਉਂਕਿ ਬੇਟੀ ਵੀ ਅਨਾਰ ਸਿੰਘ ਪਾੜੇ ਦੇ ਨਾਲ ਵਿਆਹੀ ਸੀ ਵੀਰ ਸੀ ਮੇਰਾ ਬਖਸੀਸ ਸਿੰਘ ਕਲਯੁੱਗ ਅਤੇ ਪਰਮਜੀਤ ਪੰਮਾ ਅਤੇ ਪ੍ਰੇਮ ਸਿੰਘ ਇਹਨਾਂ ਨੂੰ ਸਾਰਿਆਂ ਦਾ ਕਰਕੇ ਫਿਰ ਸਾਨੂੰ ਜ਼ਿਆਦਾ ਤੰਗ ਕਰਦੀ ਸੀ ਪੁਲਿਸ ਫਿਰ ਅਸੀਂ ਪਰ ਇੱਥੋਂ ਨਹੀਂ ਨਿਕਲੇ ਅਸੀਂ ਇੱਥੇ ਰਹੇ ਆਪਣੇ ਘਰੇ ਹੀ ਫਿਰ ਇੱਥੇ ਹੀ ਇਹਦੇ ਭਾਪਾ ਜੀ ਨੂੰ ਇੱਥੇ ਖੇਤਾਂ ਦੇ ਵਿੱਚ ਹੀ ਸ਼ਹੀਦ ਕਰਤਾ ਸੰਨ 92 'ਚ ਹੀ ਬੇਟੇ ਨੂੰ ਕੀਤਾ ਸੰਨ 92 'ਚ ਹੀ ਉਹਨਾਂ ਨੂੰ ਕੀਤਾ ਅਤੇ ਬੜੇ ਮੁਸ਼ਕਲ ਦੇ ਨਾਲ ਦਿਨ ਕੱਟੇ ਫਿਰ ਵੀ ਮਹਾਰਾਜ ਦਾ ਸ਼ੁਕਰਾਨਾ ਕੀਤਾ ਵੀ ਧੰਨਿਆ ਗੁਰੂ ਨਾਨਕ ਪਾਤਸ਼ਾਹ ਜੋ ਲਿਖਿਆ ਆ ਤੇਰੇ ਲੇਖੇ ਲਾਤਾ ਜੋ ਸਾਡੇ ਕੋਲ ਹੈਗਾ ਸੀ ਪਰਿਵਾਰ ਆਪਣਾ ਇਹ ਸਮੇਤ ਪਰਿਵਾਰ ਸਾਡੇ ਮਾਮਾ ਜੀ ਹੋਣੀ ਅਨਾਰ ਸਿੰਘ ਪਾੜਾ ਸਾਰੇ ਹੀ ਮਤਲਬ 10 ਮੈਂਬਰ ਸਾਡੇ ਘਰ ਦੇ ਸ਼ਹੀਦ ਹੋਏ ਮਾਤਾ ਜੀ ਤੁਸੀਂ ਦੱਸਦੇ ਸੀਗੇ ਕਹਿੰਦੇ ਵੀ ਕਈ ਚਿਰ ਤੁਸੀਂ ਇਸ ਘਰ ਨੂੰ ਛੱਡ ਕੇ ਵੀ ਗਏ ਰਹੇ ਹਨਾ ਇੱਥੇ ਘਾਹ ਵੀ ਉੱਗਿਆ ਰਿਹਾ ਹਾਂਜੀ ਗਏ ਰਹੇ ਅਸੀਂ ਗਏ ਰਹੇ ਹਾਂ ਇੱਥੋਂ ਫਿਰ ਉਹਨਾਂ ਸਾਨੂੰ ਪਿੰਡ ਵਾਲਿਆਂ ਨੇ ਆਖ ਕੇ ਸਾਰਿਆਂ ਨੇ ਉਹਨਾਂ ਨੇ ਆਖਿਆ ਵੀ ਇਹਨਾਂ ਦਾ ਕੀ ਕਸੂਰ ਆ ਇਹਨਾਂ ਨੂੰ ਪਿੰਡ ਲਿਆਓ ਫਿਰ ਉਹਨਾਂ ਨੇ ਸਾਨੂੰ ਪਿੰਡ ਲਿਆ ਕੇ ਬਾਲਿਆ ਫਿਰ ਪਿੰਡ ਅਸੀਂ ਆਣ ਕੇ ਬੈਠੇ ਪਰ ਬੈਠੇ ਅਸੀਂ ਸਾਡਾ ਪਿੰਡ ਥਾਂ ਨਹੀਂ ਸੀ ਅਸੀਂ ਇੱਥੇ ਬਾਹਰ ਹੀ ਫਿਰ ਅਸੀਂ ਬਾਅਦ ਵਿੱਚ ਇਹ ਮਕਾਨ ਆ ਮਾੜਾ ਮੋਟਾ ਬਣਾਇਆ ਇਹ ਸਾਰਾ ਫਿਰ ਡਹਿ ਪਿਆ ਚੋਣ ਲੈਂਟਰ ਸਾਰਾ ਕੁਛ ਫਿਰ ਬਾਅਦ ਵਿੱਚ ਐਡ ਖਾਲਸਾ ਵਾਲੇ ਆਏ ਉਹਨੇ ਬਲਵਿੰਦਰ ਸਿੰਘ ਨੇ ਕਿਹਾ ਫਿਰ ਉਹ ਆਏ ਅਤੇ ਆਣ ਕੇ ਵੇਖ ਕੇ ਗਏ ਫਿਰ ਆਹ ਹੁਣ ਸਾਨੂੰ ਮਕਾਨ ਉਹਨਾਂ ਬਣਾ ਕੇ ਦਿੱਤਾ ਭਾਈ ਅਨਾਰ ਸਿੰਘ ਪਾੜਾ ਤੁਹਾਡੇ ਕੀ ਲੱਗਦੇ ਸੀ ਮੇਰੇ ਜਵਾਈ ਮੇਰਾ ਜਵਾਈ ਭਾਈ ਅਨਾਰ ਸਿੰਘ ਪਾੜਾ ਬਹੁਤ ਹੀ ਮਸ਼ਹੂਰ ਨਾਮ ਹੈਗਾ ਤੁਹਾਡੇ ਵਿੱਚੋਂ ਕਈਆਂ ਨੇ ਜ਼ਰੂਰ ਸੁਣਿਆ ਹੋਊਗਾ ਔਰ ਜਿਹਨਾਂ ਨੇ ਨਹੀਂ ਸੁਣਿਆ ਹੈਗਾ ਉਹਨਾਂ ਨੂੰ ਵੀ ਮੈਂ ਦੱਸ ਦਿੰਦਾ ਕਿ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਉਹ ਮਾਤਾ ਜੀ ਦੇ ਜਵਾਈ ਔਰ ਉਹਨਾਂ ਦੇ ਸਿੰਘਣੀ ਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਦਾ ਭਾਈ ਅਨਾਰ ਸਿੰਘ ਪਾੜਾ ਜੀ ਦੇ ਸਿੰਘਣੀ ਮੈਂ ਉਹਨਾਂ ਦੀ ਸਿੰਘਣੀ ਦੇ ਨਾਲ ਵੀ ਤੁਹਾਨੂੰ ਫਤਿਹ ਦੀ ਸਾਂਝ ਪਾਲਣਗੇ ਸਿਰਫ ਭਾਈ ਅਨਾਰ ਸਿੰਘ ਪਾੜਾ ਜੀ ਦੇ ਸਿੰਘਣੀ ਦਰਸ਼ਨ ਕਰ ਲਓ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਜੀ ਚੜ੍ਹਦੀ ਕਲਾ 'ਚੋ ਜੀ ਹਾਂਜੀ ਵਧੀਆ ਚੜ੍ਹਦੀ ਕਲਾ ਜੀ ਵੀਰ ਜੀ ਹਾਂਜੀ ਕਿਰਪਾ ਹਾਂਜੀ ਗੁਰੂ ਦੀ ਕੁਛ ਕਹਿਣਾ ਚਾਹੁੰਦੇ ਹੋ ਜੀ ਬਸ ਵੀਰ ਜੀ ਵਧੀਆ ਠੀਕ ਠਾਕ ਚੜ੍ਹਦੀ ਕਲਾ ਅਤੇ ਸਾਰੀ ਸੰਗਤ ਨੂੰ ਇਹੀ ਬੇਨਤੀ ਆ ਵੀ ਜਿਹੜੇ ਸ਼ਹੀਦਾਂ ਦੇ ਪਰਿਵਾਰ ਆ ਸਾਡੇ ਤੋਂ ਵੀ ਕਈ ਉਹ ਆ ਅਤੇ ਸਾਰਿਆਂ ਨੂੰ ਮਿਲੋ ਸਾਰਿਆਂ ਦੀ ਮਦਦ ਕਰੋ ਘਰਾਂ ਦੇ ਵਿੱਚ ਪਹੁੰਚੋ ਕਈ ਪਰਿਵਾਰ ਇਹੋ ਜਿਹੇ ਜਿਨ੍ਹਾਂ ਕੋਲ ਅਜੇ ਤੱਕ ਕੋਈ ਪਹੁੰਚਿਆ ਨਹੀਂ ਆ ਅਤੇ ਉਹਨਾਂ ਦੇ ਕੋਲ ਪਹੁੰਚਣ ਦਾ ਫਰਜ਼ ਆ ਸੰਗਤ ਦਾ ਅਤੇ ਜ਼ਰੂਰ ਉਹਨਾਂ ਦੀ ਸੇਵਾ ਹੋਣੀ ਚਾਹੀਦੀ ਆ ਹਾਂਜੀ ਜ਼ਰੂਰ ਬਿਲਕੁਲ ਜੀ ਜਿਵੇਂ ਭੈਣ ਜੀ ਨੇ ਆਖਿਆ ਕਿ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਹਾਲੇ ਵੀ ਹੈਗੇ ਨੇ ਜਿਨ੍ਹਾਂ ਦੇ ਕੋਲ ਮਦਦ ਨਹੀਂ ਪਹੁੰਚੀ ਹੈ ਕੌਮ ਨੂੰ ਜ਼ਰੂਰਤ ਹੈ ਕਿ ਉਹਨਾਂ ਦੀ ਬਾਂਹ ਫੜੀ ਜਾਵੇ ਮਾਤਾ ਜੀ ਕੁਛ ਹੋਰ ਕਹਿਣਾ ਚਾਹੁੰਦੇ ਹੋ ਮੈਂ ਤਾਂ ਚਲੋ ਉਮੀਦ ਕਰਦਾ ਕਿ ਆਹ ਸਰਦਾਰ ਰਣਜੀਤ ਸਿੰਘ ਹੁਣੀ ਆਏ ਸੀ ਮੁਖਦੇਵ ਸਿੰਘ ਹੋਰਾਂ ਦੇ ਭੇਜਿਆਂ ਦੇ ਉੱਪਰ ਜਿਹੜੇ USA ਰਹਿੰਦੇ ਨੇ ਉਹਨਾਂ ਦੇ ਭੇਜੇ ਦੇ ਹੋਏ ਇੱਕ ਆਹ ਮਸ਼ੀਨ ਵੀ ਲੈ ਕੇ ਆਏ ਹੈਗੇ ਆ ਅਤੇ ਕੁਛ ਹੋਰ ਥੋੜ੍ਹੀ ਹੈਲਪ ਵੀ ਲੈ ਕੇ ਆਏ ਆ ਪਰ ਮਾਤਾ ਜੀ ਜਿੰਨਾ ਤੁਸੀਂ ਦੱਸਦੇ ਹੋ ਨਾ ਦਰਦ ਦੁੱਖ ਜੋ ਕੁਝ ਹੰਢਾਇਆ ਹੈਗਾ ਮੈਨੂੰ ਲੱਗਦਾ ਕਿ ਉਹਦੇ ਉਹਦੀ ਕੀਮਤ ਨਹੀਂ ਅਦਾ ਕੀਤੀ ਜਾ ਸਕਦੀ ਹੈ ਨਾ ਜੀ ਜੋ ਕੁਝ ਝੱਲਿਆ ਹੈਗਾ ਪਰਿਵਾਰਾਂ ਨੇ ਪਰਿਵਾਰ ਦੇ ਜੀ ਗਵਾਲਾ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਪਰਿਵਾਰ ਦੇ 10 ਜੀ ਉਸ ਕੌਮ ਦੇ ਲੇਖੇ ਲੱਗ ਗਏ ਕੁਛ ਹੋਰ ਕਹਿਣਾ ਚਾਹੁੰਦੇ ਹੋ ਮੈਂ ਤਾਂ ਹੋਰ ਇਹੀ ਕਹਿਣਾ ਚਾਹੁੰਦੀ ਹਾਂ ਵੀ ਸਾਡੇ ਵਰਗੀ ਸੰਗਤ ਬਹੁਤ ਸ਼ਹੀਦ ਪਰਿਵਾਰ ਆ ਸਾਰਿਆਂ ਸ਼ਹੀਦਾਂ ਪਰਿਵਾਰਾਂ ਦੀ ਇਸੇ ਤਰ੍ਹਾਂ ਸੰਗਤ ਸਾਰ ਲੈਂਦੀ ਰਹੇ ਅਤੇ ਚਲੋ ਇੰਨੇ ਦੇ ਨਾਲ ਜ਼ਰਾ ਕੁ ਥੋੜ੍ਹਾ ਜਿਹਾ ਹੋਰ ਵੀ ਹੋ ਜਾਂਦਾ ਆ ਅਤੇ ਜੇ ਨਾ ਕੋਈ ਲਵੇ ਸਾਰ ਤਾਂ ਫਿਰ ਇਹੀ ਆ ਨਾ ਫਿਰ ਆਪਾਂ ਆਖ ਦਿੰਦੇ ਹਾਂ ਵੀ ਚਲੋ ਕੋਈ ਗੱਲ ਨਹੀਂ ਜਿਸ ਤਰ੍ਹਾਂ ਹੋਵੇ ਟਾਈਮ 'ਤੇ ਪਾਸ ਕਰਨਾ ਹੀ ਆ ਹਾਂਜੀ ਤੁਹਾਡੀ ਪੋਤਰੀ ਬਾਰੇ ਤੁਸੀਂ ਦੱਸਦੇ ਸੀ ਤੁਹਾਡੀ ਪੋਤਰੀ ਕੀ ਕਰਦੀ ਹਾਂਜੀ ਮੇਰੀ ਪੋਤਰੀ ਸੰਦੀਪ ਕੌਰ ਖਾਲਸਾ ਕੋਲ ਪੜ੍ਹਦੀ ਆ ਹਾਂਜੀ ਉਹਦੇ ਕੋਲ +2 ਦੇ ਵਿੱਚ ਆ ਅਤੇ ਸੰਦੀਪ ਕੌਰ ਖਾਲਸਾ ਨੇ ਵੀ ਮੇਰੀ ਬੜੀ ਹੈਲਪ ਕੀਤੀ ਆ ਮੈਂ ਦੱਸ ਦਿੰਦਾ ਕਿ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਵਾਲੇ ਭੈਣ ਸੰਦੀਪ ਕੌਰ ਜੀ ਦੀ ਗੱਲ ਕਰਦੇ ਨੇ ਇਹਨਾਂ ਦੀ ਇੱਕ ਪੋਤਰੀ ਉੱਥੇ ਰਹਿ ਰਹੀ ਹੈ ਉੱਥੇ ਰਹਿ ਕੇ ਉਹ ਪੜ੍ਹਾਈ ਕਰ ਰਹੀ ਹੈ ਔਰ ਮਾਤਾ ਜੀ ਦਾ ਕਹਿਣਾ ਹੈਗਾ ਕਿ ਉਹ ਵੀ ਗਾਹੇ ਬਗਾਹੇ ਭੈਣ ਸੰਦੀਪ ਕੌਰ ਜੀ ਪਰਿਵਾਰ ਦੀ ਬਾਂਹ ਫੜਦੇ ਰਹਿੰਦੇ ਨੇ ਇਹਨਾਂ ਦੀ ਮਦਦ ਕਰਦੇ ਰਹਿੰਦੇ ਨੇ ਜੀ ਬਹੁਤ ਮੇਰੀ ਉਹਨੇ ਬੜੀ ਮਦਦ ਕੀਤੀ ਸੰਦੀਪ ਕੌਰ ਖਾਲਸਾ ਨੇ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਔਖੀ ਵੇਲੇ ਮੇਰੀ ਮਦਦ ਉਹਨਾਂ ਨੇ ਅਜੇ ਵੀ ਕਰਦੇ ਆ ਇਹ ਨਹੀਂ ਮੈਂ ਕਹਿਣਾ ਨਹੀਂ ਅਜੇ ਵੀ ਮੇਰੀ ਮਦਦ ਉਹ ਕਰਦੇ ਆ ਹਾਂਜੀ ਮਾਤਾ ਜੀ ਤੁਹਾਨੂੰ ਕਦੀ ਕਦੀ ਇਉਂ ਤਾਂ ਹੀ ਲੱਗਦਾ ਕਿ ਤੁਹਾਡੇ ਪਰਿਵਾਰ ਦੇ ਜੀ ਤੁਹਾਡਾ
ਤੁਹਾਡੇ ਸਿੰਘ ਸਾਹਿਬ ਤੁਹਾਡਾ ਬੇਟਾ ਹੁਣ ਜਿੱਦਾਂ ਨਾ ਕਈਆਂ ਨੂੰ ਇਹ ਲੱਗਣ ਲੱਗ ਪੈਂਦਾ ਵੀ ਕੀ ਖੱਟਿਆ ਮਨ 'ਚ ਕਦੀ ਇੱਦਾਂ ਤਾਂ ਨਹੀਂ ਆਉਂਦਾ ਹੈਗਾ ਵੀ ਇਹੋ ਜਿਹਾ ਨਹੀਂ ਆਉਂਦਾ ਇਹ ਨਹੀਂ ਆਉਂਦਾ ਉਹ ਗੁਰੂ ਘਰ ਦੀ ਸੇਵਾ ਕਰਦੇ ਸੀ ਅਤੇ ਉਹ ਗੁਰੂ ਦੇ ਲੇਖੇ ਲੱਗ ਗਏ ਆ ਮੈਂ ਬੜਾ ਸ਼ੁਕਰਾਨਾ ਕਰਦੀ ਹਾਂ ਉਹਨਾਂ ਦੇ ਬਾਰੇ ਨਹੀਂ ਮੈਂ ਕਦੀ ਵੀ ਇਹ ਸੋਚਿਆ ਜਿਹੜਾ ਮੇਰਾ ਇਹ ਛੋਟਾ ਬੇਟਾ ਅਟੈਕ ਹੋ ਕੇ ਇਸ ਤਰ੍ਹਾਂ ਹੋਇਆ ਵਾ ਨਾ ਉਹਦੇ ਬਾਰੇ ਮੇਰੇ ਮਨ ਦੇ ਵਿੱਚ ਬਹੁਤ ਕੁਛ ਹੁੰਦਾ ਹੈ ਕਿਉਂਕਿ ਉਹੀ ਰਹਿ ਗਿਆ ਸੀ ਉਹਦੇ ਸਿਰ 'ਤੇ ਮੈਂ ਆਪਣਾ ਜੂਨ ਗੁਜ਼ਾਰਾ ਕਰਦੀ ਹਾਂ ਅਤੇ ਜਿੱਦਣ ਉਹ ਉੱਦਣ ਤਾਂ ਫਿਰ ਮੇਰੇ ਵਾਸਤੇ ਸਾਰੀ ਦੁਨੀਆ ਹੀ ਖਤਮ ਹੋ ਗਈ ਹਾਂਜੀ ਵਾਕਈ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਸੱਚੇ ਪਾਤਸ਼ਾਹ ਇਹਨਾਂ ਦੇ ਇਹਨਾਂ ਨੇ ਕੌਮ ਦੀ ਲੇਖੇ ਲੱਗਣਾ ਹੀ ਲੱਗ ਗਏ ਇਹਨਾਂ ਵੱਲੋਂ ਮੇਰਾ ਬਹੁਤ ਦਿਲ ਠੰਡਾ ਆ ਹਾਂ ਮਾਣ ਆ ਤੁਹਾਨੂੰ ਮਾਣ ਆ ਮੈਨੂੰ ਉਹਨਾਂ 'ਤੇ ਉਹੋ ਹੀ ਸਾਰਾ ਕੁਛ ਮੈਂ ਉਹਨਾਂ ਦਾ ਹੀ ਖਾਣ ਡਈ ਹਾਂ ਹਾਂ ਉਹਨਾਂ ਦਾ ਕਰਕੇ ਬਣਡਿਆ ਨਹੀਂ ਤਾਂ ਮੈਨੂੰ ਕੌਣ ਜਾਣਦਾ ਸੀ ਉਹਨਾਂ ਦਾ ਕਰਕੇ ਸਾਰਾ ਕੁਛ ਤੁਸੀਂ ਵੀ ਉਹਨਾਂ ਦਾ ਕਰਕੇ ਮੇਰੇ ਘਰ ਆਏ ਜੇ ਮੇਰੇ ਵਾਸਤੇ ਤੁਸੀਂ ਉਹੋ ਹੀ ਜੇ ਹਾਂ ਉਹੋ ਹੀ ਤੁਸੀਂ ਜੇ ਮੇਰੇ ਵਾਸਤੇ ਬਸ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਬਾਕੀ ਮੁਖਦੇਵ ਸਿੰਘ ਨੇ ਮੇਰਾ ਇਹ ਬਹੁਤ ਜ਼ਿਆਦਾ ਹੈਲਪ ਕੀਤੀ ਆ ਬਹੁਤ ਹਾਂਜੀ ਬਹੁਤ ਜ਼ਿਆਦਾ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਉਹਦੇ ਪਰਿਵਾਰ ਦੇ ਅਤੇ ਖੁਸ਼ੀਆਂ ਬਖਸ਼ੇ ਬਾਕੀ ਤੁਹਾਨੂੰ ਵੀ ਭਾਈ ਰਣਜੀਤ ਸਿੰਘ ਨੂੰ ਵੀ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੇਵਾ ਕਰਨ ਦਾ ਬਲ ਬਖਸ਼ੇ ਮਹਾਰਾਜ ਸੱਚ ਇੱਥੋਂ ਸਰਦਾਰ ਮੁਖਦੇਵ ਸਿੰਘ ਅਤੇ ਹੋਰ ਬਹੁਤ ਸਾਰੇ ਇੱਦਾਂ ਦੇ ਜਿਹੜੇ ਪੰਜਾਬੋਂ ਬਾਹਰ ਵਿਦੇਸ਼ਾਂ ਦੀ ਧਰਤੀ 'ਤੇ ਗਏ ਹੋਏ ਨੇ ਪਰ ਉਹਨਾਂ ਦੀ ਨਜ਼ਰ ਹਮੇਸ਼ਾ ਹੀ ਇੱਧਰ ਲੱਗੀ ਰਹਿੰਦੀ ਹੈ ਪੰਜਾਬ ਵੱਲ ਆਪਣੇ ਉਹਨਾਂ ਪਰਿਵਾਰਾਂ ਵੱਲ ਜਿਨ੍ਹਾਂ ਨੇ ਕੌਮ ਦੀ ਆਣ ਬਾਣ ਅਤੇ ਸ਼ਾਨ ਦੀ ਖਾਤਰ ਵੱਡੀਆਂ ਕੁਰਬਾਨੀਆਂ ਕੀਤੀਆਂ ਜਾਮੇ ਸ਼ਹਾਦਤ ਪੀਤੇ ਉਹਨਾਂ ਦਾ ਧਿਆਨ ਲੱਗਾ ਰਹਿੰਦਾ ਹੈਗਾ ਕਿ ਪਿੱਛੇ ਉਹਨਾਂ ਦੇ ਪਰਿਵਾਰਾਂ ਦੇ ਹਾਲਾਤ ਕੀ ਨੇ ਉਹਨਾਂ ਦਾ ਧਿਆਨ ਰਹਿੰਦਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਚੀਜ਼ ਦੀ ਕੋਈ ਜ਼ਰੂਰਤ ਤਾਂ ਨਹੀਂ ਹੈਗੀ ਫਿਰ ਉਹਨਾਂ ਦੇ ਅੰਦਰ ਤੜਪ ਹੁੰਦੀ ਹੈ ਫਿਰ ਉਹ ਉਹਨਾਂ ਦੀ ਬਾਂਹ ਫੜਨ ਵਾਸਤੇ ਹਰ ਹੀਲਾ ਵਰਤਦੇ ਹੈ ਔਰ ਆਪਣੀ ਦਸਵੰਧ ਦੀ ਮਾਇਆ ਉਹਨਾਂ ਪਰਿਵਾਰਾਂ ਦੇ ਵਾਸਤੇ ਉਹ ਭੇਜਦੇ ਵੀ ਨੇ ਜਿੱਦਾਂ ਅੱਜ ਸਰਦਾਰ ਮੁਖਦੇਵ ਸਿੰਘ USA ਵਾਲਿਆਂ ਨੇ ਥੋੜ੍ਹੀ ਜਿਹੀ ਮਦਦ ਇਸ ਪਰਿਵਾਰ ਦੇ ਵਾਸਤੇ ਭੇਜੀ ਹੈ ਇੱਕ ਮਸ਼ੀਨ ਭੇਜੀ ਹੈ ਰਣਜੀਤ ਸਿੰਘ ਜੀ ਹੈਗੇ ਨੇ ਰਣਜੀਤ ਸਿੰਘ ਜੀ ਸਾਰਾ ਕੁਝ ਲੈ ਕੇ ਪਹੁੰਚੇ ਨੇ ਰਣਜੀਤ ਸਿੰਘ ਜੀ ਸਰਦਾਰ ਮੁਖਦੇਵ ਸਿੰਘ ਜੀ ਨੇ ਤੁਹਾਨੂੰ ਅੱਜ ਭੇਜਿਆ ਅਤੇ ਜ਼ਰੂਰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਕਿ ਅੱਜ ਤੁਸੀਂ ਆਏ ਹੋ ਪਰਿਵਾਰ ਦੀ ਬਾਂਹ ਫੜਨ ਵਾਸਤੇ ਹਾਂ ਦੱਸ ਦਿਓ ਸਾਰੀ ਜਾਣਕਾਰੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡਾ ਫਰਜ਼ ਬਣਦਾ ਆ ਕਿ ਜਿਹੜੇ ਸ਼ਹੀਦ ਸਿੰਘ ਕੌਮੀ ਘਰ ਦੀ ਆਜ਼ਾਦੀ ਦੇ ਲਈ ਆਪਾਂ ਵਾਰ ਗਏ ਅਸੀਂ ਉਹਨਾਂ ਦੇ ਘਰਾਂ ਅਤੇ ਪਰਿਵਾਰਾਂ ਦੀ ਜਿਹੜੀ ਸਾਰ ਆ ਉਹ ਲਈਏ ਲੰਬੇ ਸਮੇਂ ਤੋਂ ਦਾਸ ਸ਼ਹੀਦ ਸਿੰਘਾਂ ਦਾ ਇਤਿਹਾਸ ਲਿਖਣ ਦਾ ਉਹਨਾਂ ਦੀਆਂ ਜੀਵਨੀਆਂ ਲਿਖਣ ਦਾ ਜਿਹੜਾ ਕਾਰਜ ਆ ਉਹ ਕਰ ਰਿਹਾ ਆ ਜਦੋਂ ਖਾਲਸਾ ਫਤਿਹਨਾਮਾ ਦੇ ਵਿੱਚ ਜਾਂ ਦਾਸ ਦੀਆਂ ਕਿਤਾਬਾਂ ਦੇ ਵਿੱਚ ਸ਼ਹੀਦਾਂ ਦੀ ਜੀਵਨੀ ਛਪਦੀ ਆ ਜਾਂ ਜਦੋਂ ਆਪਣਾ ਸਾਂਝਾ ਪੰਜਾਬ TV ਵੱਲੋਂ ਆਪਾਂ ਵੀਡੀਓ ਇੰਟਰਵਿਊ ਕਰੀਦੀਆਂ ਆ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਦੋਂ ਸੰਗਤ ਪੜ੍ਹਦੀ ਆ ਸੁਣਦੀ ਆ ਅਤੇ ਵੇਖਦੀ ਆ ਜਦੋਂ ਉਹਨਾਂ ਜੀਵਨੀਆਂ ਦੇ ਵਿੱਚ ਸ਼ਹੀਦਾਂ ਦੇ ਹਾਲਾਤ ਲਿਖੀ ਦੇ ਆ ਅਤੇ ਬਹੁਤ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਸਾਡੇ ਵੀਰ ਬੈਠੇ ਹੋਏ ਆ ਉਹ ਇਹਨਾਂ ਸ਼ਹੀਦਾਂ ਦੀ ਜਿਹੜੀ ਮਦਦ ਕਰਕੇ ਆਪਣਾ ਜਿਹੜਾ ਪੰਥਕ ਫਰਜ਼ ਆ ਨਿਭਾਉਂਦੇ ਆ ਸੋ ਉਹਨਾਂ ਗੁਰਸਿੱਖਾਂ ਦੇ ਵਿੱਚੋਂ ਇੱਕ ਮੋਹਰੀ ਨਾਮ ਭਾਈ ਮੁਖਦੇਵ ਸਿੰਘ ਜੀ USA ਵਾਲਿਆਂ ਦਾ ਵੀ ਆਉਂਦਾ ਆ ਜੋ ਲੰਬੇ ਸਮੇਂ ਤੋਂ ਸ਼ਹੀਦਾਂ ਦੇ ਪਰਿਵਾਰਾਂ ਦੀ ਜਿਹੜੀ ਸਾਰ ਆ ਉਹ ਲੈਂਦੇ ਆ ਰਹੇ ਆ ਉਹਨਾਂ ਨੇ ਕਈ ਪਰਿਵਾਰਾਂ ਦਾ ਜਿਹੜਾ ਖਰਚਾ ਆ ਉਹ ਵੀ ਚੁੱਕਿਆ ਹੋਇਆ ਆ ਮਾਇਕੀ ਸਹਾਇਤਾ ਜਿਹੜੀ ਆ ਉਹ ਵੀ ਲੰਬੇ ਸਮੇਂ ਤੋਂ ਜਿਹੜੀ ਆ ਕਰਦੇ ਆ ਰਹੇ ਆ ਅਤੇ ਗਾਹੇ ਬਗਾਹੇ ਉਹਨਾਂ ਨੂੰ ਜਿਹੜੀ ਵੀ ਸੇਵਾ ਕਹੀਏ ਚਾਹੇ ਕੋਈ ਪੰਥ ਦੇ ਹੋਰ ਵੀ ਕਾਰਜ ਕਿਉਂ ਨਾ ਹੋਣ ਅਤੇ ਉਹ ਸਾਰੇ ਕਾਰਜਾਂ ਨੂੰ ਜਿਹੜੀ ਪਹਿਲਕਦਮੀ ਆ ਉਹ ਦਿੰਦੇ ਆ ਸੋ ਅੱਜ ਭਾਈ ਮੁਖਦੇਵ ਸਿੰਘ ਅਮਰੀਕਾ ਵੱਲੋਂ ਜੋ ਇਸ ਪਰਿਵਾਰ ਨੂੰ ਸੇਵਾ ਭੇਜੀ ਗਈ ਹੈ ਨਾਲੇ ਤਾਂ ਉਹ ਮਾਤਾ ਜੀ ਹੋਣਾ ਨੂੰ ਅਸੀਂ ਸੌਂਪਣ ਆਏ ਹਾਂ ਨਾਲੇ ਉਹਨਾਂ ਵੱਲੋਂ ਸਿਲਾਈ ਮਸ਼ੀਨ ਵੀ ਜਿਹੜੀ ਆ ਉਹ ਵੀ ਭੇਜੀ ਗਈ ਸੀ ਇਸ ਤੋਂ ਪਹਿਲਾਂ ਵੀ ਜਿਸ ਪਰਿਵਾਰ ਦੀ ਆਪਾਂ ਗੱਲ ਕਰ ਰਹੇ ਹਾਂ ਮਾਤਾ ਰੂਪ ਰਾਣੀ ਜੀ ਜਿਹੜੇ ਸਾਨੂੰ ਉਹ ਮਿਲੇ ਆ ਜਿਵੇਂ ਭਾਈ ਭੁਪਿੰਦਰ ਸਿੰਘ ਸੱਜਣ ਹੋਣਾ ਨੇ ਪਹਿਲਾਂ ਵੀ ਦੱਸਿਆ ਆ ਕਿ ਇਸ ਪਰਿਵਾਰ ਦੇ ਜਿਹੜੇ ਕਈ ਮੈਂਬਰ ਆ ਉਹ ਸਿੱਖ ਸੰਘਰਸ਼ ਦੌਰਾਨ ਜਿਹੜੇ ਸ਼ਹਾਦਤ ਦਾ ਜਿਹੜਾ ਜਾਮ ਆ ਉਹ ਪੀ ਗਏ ਸੀ ਜਿਵੇਂ ਸ਼ਹੀਦ ਭਾਈ ਮਨਜੀਤ ਸਿੰਘ ਜੀ ਘਸੀਟਪੁਰਾ ਇਹ ਮਾਤਾ ਜੀ ਹੋਣਾ ਦੇ ਬੇਟੇ ਸਨ ਇਸੇ ਤਰ੍ਹਾਂ ਸ਼ਹੀਦ ਸਰਦਾਰ ਬਾਬਾ ਸਿੰਘ ਜੀ ਮਾਤਾ ਜੀ ਹੋਣਾ ਦੇ ਸਰਦਾਰ ਸਾਹਿਬ ਸਨ ਉਹਨਾਂ ਦੇ ਹਸਬੈਂਡ ਸਨ ਇਸੇ ਤਰ੍ਹਾਂ ਸ਼ਹੀਦ ਭਾਈ ਅਨਾਰ ਸਿੰਘ ਜੀ ਪਾੜਾ ਜੋ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਸਨ ਜੁਝਾਰੂ ਜਰਨੈਲ ਸਨ ਸੋ ਉਹ ਵੀ ਮਾਤਾ ਜੀ ਹੋਣਾ ਦੇ ਜਿਹੜੇ ਆ ਉਹ ਜਵਾਈ ਸਨ ਭਾਈ ਸਾਹਿਬ ਦੀ ਜਿਹੜੀ ਸਿੰਘਣੀ ਆ ਬੀਬੀ ਹਰਜੀਤ ਕੌਰ ਜੀ ਉਹਨਾਂ ਦੇ ਵੀ ਤੁਸੀਂ ਅੱਜ ਵੀਡੀਓ ਵਿੱਚ ਦਰਸ਼ਨ ਦੀਦਾਰੇ ਕੀਤੇ ਆ ਇਸੇ ਤਰ੍ਹਾਂ ਗਿਆਨੀ ਮੋਹਰ ਸਿੰਘ ਜੀ ਸ਼ਹੀਦ ਗਿਆਨੀ ਮੋਹਰ ਸਿੰਘ ਜੀ ਹੋਣਾ ਦਾ ਜਿਹੜਾ ਪਰਿਵਾਰ ਆ ਸੋ ਇਹ ਮਾਤਾ ਜੀ ਹੋਣਾ ਦੇ ਮਾਮਾ ਜੀ ਲੱਗਦੇ ਸਨ ਗਿਆਨੀ ਮੋਹਰ ਸਿੰਘ ਜੀ
तो इस तरह माता जी के जिहड़े दो भरा आ भाई बख्शी सिंह जी कलयुग भाई प्रेम सिंह जी उन्होंने भी शहादतां दे जिहड़े जाम आ उह पीते बड़ी वड्डी जिहड़ी इस परिवार की जिहड़ी आ उह कुरबानी पिछले समय दे विच कुछ वीडियो इस परिवार दियां सामने आईयां सन कि इस परिवार के बड़े जिहड़े मंदे हालात आ बड़े लोड़वंद जिहड़ा परिवार आ इत्थों तक कि राशन तक भी इस परिवार के घर विच नहीं हुंदा सी। संगतां ने सार लई उन्हां सारियां संगतां दे धन्नवादी हाँ। सो भाई मुखदेव सिंह जी अमेरिका वाले भी अगे आए जिवें जून 1984 घल्लूघारे नूं संबंधित थोड़े दिन पहले ही असीं समागम करवाया। सो उस समागम के विच भी 10,000 रुपया माता जी होणा नूं जिहड़ा आ उह सौंपिया गया। तो हुण भाई मुखदेव सिंह जी होणा ने माता जी दे पोतियां दे वास्ते जिहड़ी उन्हां दे स्कूल दी जिहड़ी फीस आ 12,000 रुपए वह भेजी आ। सो वह भी असीं माता जी होणा नूं जिहड़ी सौंप रहे हाँ। माता जी आ फीस भेजी है जी 12,000 रुपए धन्यवाद। ते नाल ही उन्होंने आ जिहड़ी सिलाई मशीन आ तुसीं वीडियो विच देख सकते हो ये भी उन्होंने वालों आ सिलाई मशीन जिहड़ी आ उह भेजी गई आ। ते एक परिवार इत्थे होर भी आया होया लोड़वंद परिवार इसे परिवार दे नाल भी संबंधित आ भाई मुखदेव सिंह होना वालों उन्होंने भी जिहड़ा 5,000 रुपया आ उह सौंपिया जाना आ। अते इस दे नाल ही भाई मुखदेव सिंह अमेरिका की बेनती दे उत्ते असीं गुरु नानक एड जथेबंदी वालों माता जी होना की जिहड़ी पक्की 6,000 रुपए जिहड़ी 2 महीनों की जिहड़ी पेंशन दिती जांदी है वह भी माता जी होना की असीं जिहड़ी आ वह ला रहे हैं। अज तो माता जी की जिहड़ी पेंशन आ वह शुरू हो जानी आ। भाई मुखदेव सिंह ने कहा सी गुरु नानक एड जथेबंदी नूं अगे अपील असीं पाई सी सो वह पास हो गई अज माता जी होना नूं पेंशन भी जिहड़ी आ ਉਹ ਸੌਂਪਾਂਗੇ। ਸੋ ਧੰਨਵਾਦ। ਇਸ ਤੋਂ ਇਲਾਵਾ ਭਾਈ ਮੁਖਦੇਵ ਸਿੰਘ ਹੋਣਾ ਨੇ ਜਿਵੇਂ ਪਹਿਲਾਂ ਵੀ ਦੱਸਿਆ ਆ ਕਿ ਇਸੇ ਮਹੀਨੇ ਦੇ ਵਿੱਚ ਉਹਨਾਂ ਨੇ ਜੂਨ ਦੇ ਮਹੀਨੇ ਦੇ ਵਿੱਚ ਜਾਂ ਜੁਲਾਈ ਤੱਕ ਜਿਹੜਾ ਤਕਰੀਬਨ 2,00,000 ਰੁਪਈਆ ਜਿਹੜਾ ਆ ਉਹ ਭੇਜਿਆ ਜੋ ਅਸੀਂ ਜੂਨ 1984 ਘੱਲੂਘਾਰੇ ਦੇ ਸਮਾਗਮ ਦੇ ਵਿੱਚ ਵੀ 1,30,000 ਰੁਪਈਆ ਜਿਹੜਾ ਸ਼ਹੀਦ ਪਰਿਵਾਰਾਂ ਨੂੰ ਜਿਹੜਾ ਆ ਉਹ ਸੌਂਪਿਆ ਸੀ ਜਿਹਦੇ ਵਿੱਚੋਂ ਮਾਤਾ ਜੀ ਹੋਣਾ ਦਾ ਵੀ ਜਿਹੜਾ ਸ਼ਹੀਦ ਪਰਿਵਾਰ ਸੀ ਅਤੇ ਅੱਜ ਵੀ ਮਾਤਾ ਜੀ ਹੋਣਾ ਨੂੰ ਜਿਹੜੀ ਸੇਵਾ ਆ ਉਹ ਅਸੀਂ ਦੇਣ ਆਏ ਹਾਂ ਉਸੇ ਸੇਵਾ ਦੇ ਵਿੱਚੋਂ ਅਤੇ ਹੋਰ ਵੀ ਪੰਥਕ ਕਾਰਜਾਂ ਵਾਸਤੇ ਉਹ ਸੇਵਾ ਭੇਜਦੇ ਰਹਿੰਦੇ ਆ। ਸੋ ਉਹਨਾਂ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ। ਇਸੇ ਤਰ੍ਹਾਂ ਸ਼ਹੀਦ ਬਘੇਲ ਸਿੰਘ ਡੇਰੀਵਾਲ ਦਾ ਜਿਹੜਾ ਪਰਿਵਾਰ ਆ ਉਹਨਾਂ ਨੂੰ ਵੀ ਭਾਈ ਮੁਖਦੇਵ ਸਿੰਘ ਹੋਣਾ ਨੇ ਪਿਛਲੇ ਦਿਨੀ ਜਿਹੜੀ ਇੱਕ ਮੱਝ ਆ ਉਹ ਲੈ ਕੇ ਦਿੱਤੀ ਅਤੇ ਇਸੇ ਤਰ੍ਹਾਂ ਸ਼ਹੀਦ ਭਾਈ ਮੇਜਰ ਸਿੰਘ ਸਮਰਾਵਾਂ ਦਾ ਇੱਕ ਪਰਿਵਾਰ ਆ ਸ੍ਰੀ ਹਰਗੋਬਿੰਦਪੁਰ ਸ਼ਹਿਰ ਦੇ ਵਿੱਚ। ਸੋ ਉਸ ਪਰਿਵਾਰ ਦੇ ਵਿੱਚੋਂ ਵੀ ਕੋਈ ਕਮਾਉਣ ਵਾਲਾ ਜਿਹੜਾ ਆ ਉਹ ਬੰਦਾ ਨਹੀਂ ਆ ਉਹਨਾਂ ਨੂੰ ਵੀ ਇੱਕ ਮੱਝ ਲੈ ਕੇ ਦਿੱਤੀ ਉਹਨਾਂ ਦਾ ਵੀ ਸਾਰਾ ਜਿਹੜਾ ਖਰਚਾ ਆ ਉਹ ਚੁੱਕਿਆ ਹੋਇਆ ਭਾਈ ਜੋਗਾ ਸਿੰਘ ਬਿਸ਼ਨੰਦੀ ਦਾ ਜਿਹੜਾ ਪਰਿਵਾਰ ਆ ਸੋ ਉਹਨਾਂ ਦੀ ਵੀ ਜਿਹੜੀ ਵੱਡੇ ਪੱਧਰ 'ਤੇ ਜਿਹੜੀ ਉਹਨਾਂ ਨੇ ਜਿਹੜੀ ਸਹਾਇਤਾ ਆ ਉਹ ਕੀਤੀ ਆ। ਸੋ ਇਸ ਤਰ੍ਹਾਂ ਜਿਹੜੀਆਂ ਕਈ ਜਿਹੜੀਆਂ ਸੇਵਾਵਾਂ ਆ ਉਹ ਨਿਭਾਈਆਂ। ਸੋ ਅਸੀਂ ਉਹਨਾਂ ਗੁਰਸਿੱਖਾਂ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਉਹ ਕਰਦੇ ਹਾਂ। ਅਰਦਾਸ ਵੀ ਕਰਦੇ ਹਾਂ ਕਿ ਭਾਈ ਮੁਖਦੇਵ ਸਿੰਘ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਉਹਨਾਂ ਦੇ ਕੰਮ ਕਾਜ ਦੇ ਵਿੱਚ ਤਰੱਕੀਆਂ ਬਖਸ਼ਣ ਤਾਂ ਜੋ ਸ਼ਹੀਦਾਂ ਦੇ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਸਾਰ ਆ ਉਹ ਲੈਂਦੇ ਰਹਿਣ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਵੀ ਜਿਹੜਾ ਸਹਿਯੋਗ ਆ ਉਹ ਸਿੱਖ ਜਥੇਬੰਦੀਆਂ ਨੂੰ ਗੁਰਮੁਖਾਂ ਨੂੰ ਦਿੰਦੇ ਰਹਿਣ। ਸੋ ਰਣਜੀਤ ਸਿੰਘ ਵੀਰ ਹੋਰਾਂ ਨੇ ਜਿਹਨਾਂ ਦੀ ਗੱਲ ਕੀਤੀ ਹੈਗੀ ਆ ਮਾਤਾ ਜੀ ਦੇ ਕੁੜਮਣੀ ਹੈਗੇ ਆ ਜੀ ਸੋ ਇਹਨਾਂ ਦੇ ਬਾਬਤ ਗੱਲ ਕੀਤੀ ਹੈਗੀ ਆ ਕਿ ਇਹਨਾਂ ਵਾਸਤੇ ਵੀ ਮਾਇਆ ਥੋੜ੍ਹੀ ਭੇਜੀ ਹੈਗੀ ਆ ਅਤੇ ਉਹ ਵੀ ਵੀਰ ਹੋਰਾਂ ਨੂੰ ਬੇਨਤੀ ਆ ਕਿ ਉਹਨਾਂ ਨੂੰ ਜ਼ਰੂਰ ਜੀ। ਹਾਂਜੀ ਇਹ ਭਾਈ ਦੇਸਾ ਸਿੰਘ ਜੀ ਹੋਣਾ ਦਾ ਪਰਿਵਾਰ ਆ ਭਾਈ ਦੇਸਾ ਸਿੰਘ ਜੀ ਉਹ ਵੀ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਸਨ ਸੰਘਰਸ਼ ਦੌਰਾਨ ਉਹਨਾਂ ਨੇ ਜੁਝਾਰੂ ਸਿੰਘਾਂ ਦੀ ਜਿਹੜੀ ਬੜੀ ਸੇਵਾ ਆ ਉਹ ਕੀਤੀ। ਸੋ ਮਾਤਾ ਜੀ ਹੁਣੇ ਜਿਹੜੇ ਮਾਤਾ ਪਿਆਰ ਕੌਰ ਜੀ ਉਹ ਹੁਣ ਇਕੱਲੇ ਰਹਿੰਦੇ ਆ ਇਹਨਾਂ ਦਾ ਆਪਣਾ ਘਰ ਵੀ ਨਹੀਂ ਆ ਬੇਟਾ ਵੀ ਇਹਨਾਂ ਦਾ ਕੋਈ ਨਹੀਂ ਹੈ ਇੱਕ ਬੇਟਾ ਸੀ ਉਹ ਵੀ ਚੜ੍ਹਾਈ ਕਰ ਗਏ 5 ਧੀਆਂ ਜਿਹੜੀਆਂ ਵਿਆਹੀਆਂ ਹੋਈਆਂ ਬੜਾ ਜਿਹੜਾ ਆ ਇਹ ਲੋੜਵੰਦ ਪਰਿਵਾਰ ਆ। ਸੋ ਮਾਤਾ ਕਮਲੇਸ਼ ਕੌਰ ਜੀ ਬੀਬੀ ਰੂਪ ਰਾਣੀ ਜੀ ਨੇ ਇਸ ਪਰਿਵਾਰ ਦੇ ਨਾਲ ਜਿਹੜਾ ਸਾਨੂੰ ਉਹ ਮਿਲਾਇਆ ਆ ਅਤੇ ਭਾਈ ਮੁਖਦੇਵ ਸਿੰਘ ਜੀ ਅਮੈਰੀਕਾ ਵੱਲੋਂ ਇਸ ਪਰਿਵਾਰ ਨੂੰ ਵੀ ਜਿਹੜੀ 5,000 ਰੁਪਏ ਜਿਹੜੀ ਸੇਵਾ ਆ ਉਹ ਸੌਂਪੀ ਜਾ ਰਹੀ ਆ ਉਹਨਾਂ ਵੱਲੋਂ ਭੇਜੀ ਹੋਈ। ਸੋ ਅਸੀਂ ਭਾਈ ਮੁਖਦੇਵ ਸਿੰਘ ਜੀ ਦਾ ਜਿਹੜਾ ਧੰਨਵਾਦ ਆ ਉਹ ਕਰਦੇ ਹਾਂ ਜੀ। ਫਤਿਹ ਬੁਲਾ ਦਿਓ ਜੀ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਮਾਪਤੀ ਕਰਦੇ ਹਾਂ ਜੀ ਇੱਥੇ ਇੱਕ ਲਿਆ ਕੇ ਆ ਚੁੱਲ੍ਹਾ ਹੈਗਾ ਜੀ ਮੈਂ ਇੱਥੇ ਲਿਆ ਕੇ ਸਮਾਪਤੀ ਕਰਨੀ ਚਾਹੂੰਗਾ। ਦਰਅਸਲ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਕਿ ਜਦੋਂ ਪਰਿਵਾਰ ਪੁਲਿਸ ਬਹੁਤ ਤੰਗ ਕਰਦੀ ਸੀਗੀ ਅਤੇ ਕਈ ਵਰੇ ਇਹ ਘਰ ਛੱਡ ਕੇ ਚਲੇ ਗਏ ਸੀਗੇ ਅਤੇ ਇਸ ਘਰ ਦੇ ਵਿਹੜੇ ਦੇ ਵਿੱਚ ਘਾਹ ਉੱਗ ਗਿਆ ਸੀਗਾ। ਆ ਜਿਹੜੇ ਚੁੱਲ੍ਹੇ ਹੈਗੇ ਆ ਕਦੀ ਇੱਥੇ ਰੌਣਕਾਂ ਲੱਗਦੀਆਂ ਹੋਣਗੀਆਂ ਪਿੰਡਾਂ ਦੇ ਵਿੱਚ ਤੁਸੀਂ ਸਾਰੇ ਜਾਣਦੇ ਆ ਕਿ ਚੁੱਲ੍ਹਿਆਂ ਦੇ ਮੁੱਢ ਬੈਠ ਕੇ ਸਾਰੇ ਲੰਗਰ ਪਾਣੀ ਛਕਦੇ ਹੁੰਦੇ ਸੀਗੇ ਅੱਜ ਵੀ ਛਕਦੇ ਹੈਗੇ ਆ। ਸੋ ਇੱਥੇ ਵੀ ਘਾਹ ਉੱਗ ਗਿਆ ਸੀਗਾ। ਉਮੀਦ ਕਰਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਜਿਸ ਮਕਸਦ ਦੀ ਖਾਤਰ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ
जड़े अपने घर चो निकले आन बान ते छान दी खातर, पर मुड़ के घर नू वापस जे आए तो उन्हां दियां लाशां ही आईयां, पर वह मुड़ के घर अपने वापस नहीं आ सके। उम्मीद करदे आं कि वह मकसद अज नहीं तो कल जरूर पूरे होणगे। उम्मीद करदे आं कि जड़े दुनिया भर में वसदे गुरु प्यारे सिंह ने वो जरूर इस गल का ध्यान रखणगे कि पिछे जड़े उन्हां सूरबीर बहादुर योधियां दे परिवार ने उन्हां दे चुल्हे ठंडे ना पै जाण, कि उन्हां दे चुल्हयां दे विच अग बलदी रहे। बस यही आपां उम्मीद करदे हां। बहुत बहुत धन्यवाद। वाहिगुरू जी का खालसा, वाहिगुरू जी की फतेह।